ਬਾਪਰ ਸਿੱਧੀ ਗੱਲ ਕਰਦਾ ਅਸੀਂ ਖਾਨ ਨੂੰ ਆਡੈਂਟੀਫਾਈ ਕਰਕੇ ਵੀ ਦੇਤਾ ਨਾਮ ਜਦ ਕਰਕੇ ਵੀ ਦੇਤਾ ਮੈਂ ਆਪਣੇ ਉੱਤੇ ਇੰਨੇ ਰਿਸਕ ਲਏ ਕਿ ਮੈਂ ਸਾਰਿਆਂ ਦੇ ਨਾਮ ਵੀ ਦਿੱਤੇ ਫਿਰ ਨੇਰੇ ਤੇ ਫੱਪਾ ਲਾਇਆ ਨਾ ਮੈਂ ਕਿ ਆਹੀ ਕਰਦਾ ਸੀ ਕਿ ਉਹਨਾਂ ਸਾਰਿਆਂ ਨੇ ਲਾਇਆ ਸਾਰੇ ਇੱਕ ਇੱਕੋ ਘਰ ਦੇ ਸੀ ਤੇ ਇੱਕੋ ਘਰ ਵਾਲੇ ਸਾਰੇ ਇਕੱਠੇ ਹੋ ਗਏ ਅੱਜ ਵੀ ਸਿੱਖ ਕੌਮ ਅੱਗੇ ਮੈਂ ਇਹ ਸਵਾਲ ਕਰਦਾ ਕਿ ਜੇ ਤੁਸੀਂ ਉਦੋਂ ਫੈਸਲਾ ਕਰ ਲਿਆ ਹੁੰਦਾ ਤੇ ਅੱਜ ਸਿੱਖ ਕੌਮ ਦੇ ਸਾਰੇ ਮਾਮਲੇ ਨਜਿੱਠੇ ਜਾ ਚੁੱਕੇ ਸੀ ਹੁਣ ਜੇ ਤੁਸੀਂ ਹੁਣ ਵੀ ਖਾਸਵਾਣ ਨਹੀਂ ਕਰੋਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਤੁਸੀਂ ਬਰਬਾਦ ਕਰਕੇ ਜਾਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਤੁਸੀਂ ਬਰਬਾਦ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਤ ਸਿੰਘ ਜੀ ਜਿਹੜਾ ਸਵਾਲ ਕਰਨ ਲੱਗਾ ਹੈ ਤੇ ਬਹੁਤ ਵਾਰੀ ਇੱਥੇ ਤਫਤਰਾ ਹੋ ਗਿਆ ਪਰ ਇਹ ਕਿੰਨੇ ਕਚੇ ਇਸ ਤਰ੍ਹਾਂ ਦੇ ਸਵਾਲ ਚੱਲਦੇ ਰਹਿਣਗੇ ਤੇ ਕਿੰਨਾ ਕਚੇ ਸਿੱਖ ਸੰਗਤ ਨੂੰ ਮਯੂਸ ਹੋਣਾ ਪਏਗਾ ਜਗਦੀਸ਼ ਟਾਈਟਰ ਆਫ ਦੀ ਜ਼ਮਾਨਤ ਫਿਰ ਮਨਜ਼ੂਰ ਕਰ ਲਈ ਗਈ ਆ ਇਹ ਸਬੂਤ ਗੰਭੀਰ ਨਹੀਂ ਸਨ ਜਾਂ ਸਬੂਤਾਂ ਦੇ ਆਧਾਰ ਤੇ ਕਾਨੂੰਨ ਨਾਲ ਲੜਨ ਵਾਲੇ ਗੰਭੀਰ ਨਹੀਂ ਸਨ ਜਾਂ ਕੋਈ ਅਧਿਕ ਤਾਕਤ ਹੈ ਜਿਹੜੀ ਕਿ ਬਹੁਤ ਗੰਭੀਰ ਹੈ ਸਰਦਾਰ ਪ੍ਰਦੀਪ ਸਿੰਘ ਜਿਸ ਦਿਨ ਇਸਤੇ ਕੇਸ ਚਾਰਜਸ਼ੀਟ দাখিল ਕੀਤੀ ਗਈ ਸੀ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਛ ਪਾਈ ਚੋਲੀ ਚੁੱਕਾ ਨੇ ਬੜੀਆਂ ਕੱਚਾ ਵਜਾਈਆਂ ਸੀ ਤੇ ਕਿਹਾ ਸੀ ਦੇਖੋ ਜੀ ਹੁਣ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਮੈਂ ਉਸ ਦਿਨੋਂ ਪਾ ਅਸੀਂ ਧੋਣਾ ਨੇ ਬੁਲਟੂ ਬੁਲਟਿਸ ਪ੍ਰੋਗਰਾਮ ਕੀਤਾ ਸੀ ਤੇ ਮੈਂ ਕਿਹਾ ਸੀ ਕਿ ਆ ਕੋਈ ਇਨਸਾਫ ਨਹੀਂ ਮਿਲਿਆ ਹਾਲੇ ਦੇਖੋ ਇਹਦਾ ਹਸ਼ਰ ਕੀ ਹੁੰਦਾ ਮੈਂ ਉਸ ਦਿਨ ਵੀ ਕਿਹਾ ਸੀ ਔਰ ਮੈਂ ਲਗਾਤਾਰਤਾ ਇੱਚ ਪਿਛਲੇ 20 ਸਾਲਾਂ ਤੋਂ ਕਹਿੰਦਾ ਆ ਰਿਹਾ ਕਿ ਭਾਰਤ ਵਿੱਚ ਸਿੱਖਾਂ ਵਾਸਤੇ ਨਿਆਂ ਦੀ ਥਾਂ ਤੇ ਅਨਿਆਕਾਰੀ ਅਦਾਲਤਾਂ ਕੰਮ ਕਰ ਰਹੀਆਂ ਨੇ ਜਿਹੜਾ ਨਿਆਂ ਤੁਹਾਨੂੰ ਸਮੇਂ ਸਿਰ ਨਾ ਮਿਲੇ ਉਸ ਅਨਿਆਨ ਨਾਲੋਂ ਵੀ ਵੱਡਾ ਤੇ क्रूर ਹਮਲਾ ਹੁੰਦਾ ਉਹ ਅਨਿਆਕਰਾਂ ਨਾਲੋਂ ਵੀ ਵੱਡਾ ਨਿਆਂ ਦਾ ਕਤਲ ਹੋ ਜਾਂਦਾ ਔਰ क्रूरਤਾ ਨਾਲ ਕਤਲ ਹੋ ਜਾਂਦਾ ਜਿਸ ਵੇਲੇ ਵੀ ਜਿੱਥੇ ਸਿੱਖ ਕੌਮ ਨਾਲ ਸੰਬੰਧਤ ਮਾਮਲੇ ਆਉਂਦੇ ਨੇ ਉੱਥੇ ਲਗਾਤਾਰਤਾ ਵੀ ਚਾਹੀ ਹੋ ਰਿਹਾ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਜਨਤਾਵਲ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਐਨਡੀਏ ਦੀ ਹੋਵੇ ਜਿਹਦੀ ਮਰਜ਼ੀ ਹੋਵੇ ਜੀ ਇਹ ਇਸ ਮੁੱਦੇ ਤੇ ਵੀ ਹੁਣ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਜਿਹੜੇ ਘਟ ਗਿਣਤੀ ਕਮਿਸ਼ਨ ਦੇ ਰੌਲਪੁਰਾ ਸਾਹ ਕੋਲ ਵੀ ਜਾਣਦੇ ਨੇ ਐਸਜੀਪੀਸੀ ਦੇ ਮਾਮਲੇ ਵਿੱਚ ਦਖਲ ਦੇਣ ਲਈ ਗੁਰਦੁਆਰਿਆਂ ਦੇ ਮਾਮਲੇ ਵਿੱਚ ਦਖਲ ਦੇਣ ਲਈ ਉਹਨਾਂ ਸਾਰਿਆਂ ਨੂੰ ਜਵਾਬ ਦੇਣਾ ਚਾਹੀਦਾ ਕਿ ਵਈ ਕਿਹੜਾ ਇਨਸਾਫ ਤੁਸੀਂ ਲੈ ਕੇ ਦਿੱਤਾ ਨਾ ਮਿਸ਼ਰਾ ਦੇ ਕੇਸ 'ਚ ਲੈ ਕੇ ਦਿੱਤਾ ਨਾ ਟਾਣੀ ਦੇ ਕੇਸ 'ਚ ਲੈ ਕੇ ਦਿੱਤਾ ਨਾ ਤੁਸੀਂ ਕਿਸਾਨ ਯੂਨੀਅਨ ਦੇ ਅੰਦੋਲਨਾਂ ਵਾਲੇ ਸ਼ਹੀਦਾਂ ਦੇ ਸਬੰਧੀ ਲੈ ਕੇ ਦਿੱਤਾ ਨਾ ਜਦੋਂ ਰਾਹ ਬੰਦ ਕੀਤੇਗੇ ਉਦੋਂ ਲੈ ਕੇ ਦਿੱਤਾ ਤਾਂ ਤੁਹਾਡੇ ਸ਼ਾਸਨ ਕਾਲ ਦੀਆਂ ਗੱਲਾਂ ਕਰ ਰਿਹਾ ਮੈਂ ਕਾਂਗਰਸ ਦੀਆਂ ਤੇ ਕਰ ਹੀ ਨਹੀਂ ਰਿਹਾ ਤੇ ਤੁਸੀਂ ਕਿਸ ਵੇਲੇ ਲੈ ਕੇ ਦਿੱਤਾ ਦੱਸੋ ਹੁਣ ਇਸ ਵੇਲੇ ਅਵਤਾਰ ਸਿੰਘ ਖੰਡਾ ਦਾ ਕੇਸ ਆ ਉਹਦੇ ਇਸ ਤੂੰ ਸੀ ਕਿਹੜਾ ਇਨਸਾਫ ਲਾ ਕੇ ਦਿੱਤਾ ਹਰਦੀਪ ਸਿੰਘ ਦਾ ਕੇਸ ਆ ਉਹਦੇ ਇਸ ਤੂੰ ਕਿਹੜਾ ਇਨਸਾਫ ਲਾ ਕੇ ਦਿੱਤਾ ਤੁਸੀਂ ਤਾਂ ਸਭ ਕੱਚਾ ਵਜਾ ਰਹੇ ਹੋ ਕਿ ਹੁਣ ਘਰ ਵੜ ਕੇ ਠੋਕਾਂਗੇ ਸਿੱਖਾਂਗੇ ਤੇ ਤੁਸੀਂ ਨੂੰ ਕੰਦੇ ਹੋ ਕਿ ਵੀ ਅਸੀਂ ਤੁਹਾਨੂੰ ਇਨਸਾਫ ਲਾ ਕੇ ਦੇ ਰਹੇ ਆ ਇਹ ਸਾਰਾ ਕੁਝ ਹੀ ਭਾਰਤ ਦੀ ਹਿੰਦੂਵਾਦੀ ਸਿੱਖ ਵਿਰੋਧੀ ਤਾਕਤਾਂ ਰਾਹੀਂ ਜੋ ਬਿਊਰੋਕ੍ਰੈtic ਸਿਸਟਮ ਚੱਲ ਰਿਹਾ ਉਹਦੇ ਉਹਦੇ ਰਾਹੀਂ ਹੋ ਰਿਹਾ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ ਬਿਊਰੋਕ੍ਰੈtic ਸਿਸਟਮ ਤੇ ਬ੍ਰਾਹਮਣ ਹਿੰਦੂਤਵਾਦੀ ਆਰਐਸਐਸ ਲੌਬੀ ਹਵੀਆ ਜਾਂ ਉਹ ਆਰਐਸਐਸ ਲੌਬੀਆ ਜਾਂ ਬ੍ਰਾਹਮਣ ਹਿੰਦੂਤਵਾ ਲੌਬੀਆ ਉਹ ਲੌਬੀ ਕਦੇ ਵੀ ਸਿੱਖਾਂ ਨੂੰ ਸਹਾਰਦੀ ਨਹੀਂ ਉਸ ਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਆ ਉਹ ਸਾਜ਼ਿਸ਼ ਦਾ ਜਿਹੜਾ 2 ਜਗਾ ਉਹ ਆਨਾਂ ਦੇ ਜੜਾ ਉੱਪਰ ਨੇ ਆਸਰਾਗਾ ਮਾਪਾਰਤ ਉਹਦੇ ਵਿੱਚ ਦਰਜਾ ਉਹ ਵੀ ਜੋ ਉਹਦੇ ਵਿੱਚ ਪਿਆ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਨਾ ਆ ਕਿ ਮਾ ਪਰਤ ਤੱਕ ਅਸੀਂ ਐਪੀਸੋਡ ਬਣਾ ਰਹੇ ਆ ਤਾਂ ਜੋ ਤੁਸੀਂ ਸਮਝ ਸਕੋ ਐਪੀਸੋਡ 1 ਆ ਚੁੱਕਾ ਉਹਨੂੰ ਤੁਸੀਂ ਦੇਖੋ ਸਮਝੋ ਕਿ ਸਿੱਖਾਂ ਵਿਰੋਧ ਪੰਜਾਬ ਵਿਰੋਧ ਵੈਰ ਦੀ ਭਾਵਨਾ ਨਫ਼ਰਤ ਦੀ ਭਾਵਨਾ ਹਿੰਦੂਤਵਾਦੀਆਂ ਕੱਟੜਪੰਥੀਏ ਚ ਕਿੱਥੋਂ ਆ ਰਹੀ ਆ ਤੇ ਕਿੱਥੇ ਪਈ ਆ ਜਿਹਦਾ ਸਾਡੇ ਆਪਣੇ ਸਨਾਤਨੀ ਧਰਮ ਅਤੇ ਗੁਰੂ ਨਾਨਕ ਨੂੰ ਸ਼ਿਵਦਾ ਵੈਸ਼ਨਵ ਦਾ ਵਿਸ਼ਨੂੰ ਦਾ ਉਤਾਰ ਦੱਸਣ ਵਾਲੇ ਤੇ ਲਲਕੁਸ਼ ਦੀ ਔਲਾਦ ਦੱਸਣ ਵਾਲੇ ਲੋਕਾਂ ਦੇ ਸਨਾਤਨੀ ਪ੍ਰਭਾਵ ਦੇ ਹੇਠਾਂ ਉਹਨਾਂ ਦੇ ਅੰਦਰ ਵੀ ਬੀਜਿਆ ਹੋਇਆ ਤੇ ਉਹੀ ਸਿੱਖੀ ਚ ਲਿਆ ਰਹੇ ਨੇ ਤੇ ਸਿੱਖੀ ਦੀ ਤੇ ਹੋਣ ਦਾ ਸਵਾਲ ਪੈਦਾ ਹੋਇਆ ਹੋਇਆ ਜੀ ਇਸ ਲਈ ਇਹ ਸਾਰੇ ਕੰਮ ਪਹਿਲਾਂ ਤੋਂ ਹੀ ਲਿਖਤ ਬੱਦਨੇ ਹੁੰਦੇ ਨਹੀਂ ਨੇ 1000 ਸਾਲ ਪਹਿਲਾਂ ਤੋਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਵੀ ਪਹਿਲਾਂ ਦੇ ਨੇ ਐਸਾ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਲਪਾ ਮੂਹਨ ਜੋਦੜੋ ਦੀ ਮੂਲ ਸਬੈਤ ਨਾਲ ਆਪਣੇ ਆਪ ਨੂੰ ਜੋੜਦੇ ਹੋਏ ਬ੍ਰਾਹਮਣਵਾਦ ਦਾ ਸਿਰੇ ਤੋਂ ਖੰਡਨ ਕੀਤਾ ਸੀ ਔਰ ਉਹ ਖੰਡਨ ਆਮਨਵਾਦ ਨੂੰ ਖਲਦਾ ਔਰ ਖਲ ਲੱਗਦਾ ਗੁਰਬਾਣੀ ਬ੍ਰਾਹਮਣਵਾਦ ਦਾ ਖੰਡਨ ਕਰਦੀ ਔਖਾ ਲੱਗਦਾ ਜਿਸ ਕਰਕੇ ਸਿੱਖਾਂ ਨਾਲ ਭਾਰਤ ਵਿੱਚ ਵੈਰ ਪਾਉਣਾ ਕਮਾਈ ਜਾਂਦੀ ਹੈ ਤੇ ਕਿਸੇ ਵੀ ਪੱਖ ਤੋਂ ਨਿਆ ਨਹੀਂ ਦਿੱਤਾ ਜਾਂਦਾ ਨਿਆ ਦੇ ਨਾਂ ਤੇ ਅਨਿਆਹੀ ਹੋਰ ਕੀਤਾ ਜਾਂਦਾ ਜਿਹੜਾ ਟਾਈਟਲਰ ਨਾਲ ਵਾਲਾ ਕੇਸ ਆ ਇਹ ਵੀ ਐਸੇ ਚੀਜ਼ ਦਾ ਪਖਤਾ ਉਦਾਰਨ ਇੱਕ ਬੜੇ ਸੀਨੀਅਰ ਸਿੱਖ ਵਕੀਲ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਸਾਰੇ ਜਾਣਦੇ ਹੀ ਨੇ ਉਹ ਹਮੇਸ਼ਾ ਹੀ ਟਾਈਟਲਰ ਦੇ ਕੇਸ ਦੇ ਵਿੱਚ ਹਮੇਸ਼ਾ ਹੀ ਇਹ ਗੱਲਾਂ ਕਹਿੰਦੇ ਹੁੰਦੇ ਨੇ ਕਿ ਐਤ ਕੀ ਇਹਨੂੰ ਸਜ਼ਾ ਕਰਾ ਦੇਵਾਂਗੇ ਐਤ ਕੀ ਸਜ਼ਾ ਕਰਾ ਦੇਵਾਂਗੇ ਉਹ ਐਤਕੀ ਜਿਹੜਾ ਜੀ 1985 ਤੋਂ ਐਤਕੀ ਸ਼ੁਰੂ ਹੋਇਆ ਅਜੇ ਤੱਕ ਉਹ ਐਤਕੀ ਦੀ ਹੱਦਬੰਦੀ ਨਹੀਂ ਆਈ ਜਿੱਥੇ ਕੋਈ ਲਿਮਿਟੇਸ਼ਨ ਨਹੀਂ ਆਈ ਆ ਇਹ ਐਤਕੀ ਕਦੋਂ ਖਤਮ ਹੋਏਗਾ ਜੇ ਐਤਕੀ ਨੂੰ ਇਸੇ ਤਰ੍ਹਾਂ ਹੀ ਰਹਿਣ ਦੇਈਂ ਦੇਖੋ ਸਰਦਾਰ ਪ੍ਰਦੀਪ ਸਿੰਘ ਜੀ ਮੈਂ ਜਿਸ ਵੇਲੇ ਮੇਰੀ ਰਿਹਾਈ ਹੋਈ 17 ਜੁਲਾਈ 1990 ਨੂੰ ਮੈਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵੀ ਤੀਹਰੀ ਕੈਦੀ ਚ ਤਿਆੜ ਦੇ ਜੀਵਨ ਦੀਆਂ ਫਾਂਸੀ ਚੱਕੀਆਂ ਹੀ ਚੱਲ ਫਨੰਗਾ ਰਿਹਾ ਮੈਂ ਇਸ 12 ਜੁਲਾਈ 1990 ਨੂੰ ਰਿਹਾਈ ਹੋਇਆ ਉਸ ਤੋਂ ਬਾਅਦ ਮੈਂ ਸਤੰਬਰ ਮਹੀਨੇ ਵਿੱਚ ਪਾਰਲੀਮੈਂਟ ਵਿੱਚ ਵੀ ਕਿਹਾ ਤੇ ਜੋ ਅਗਸਤ ਵਿੱਚ ਮੇਰੇ ਬਹੁਤ ਸਾਰੇ ਬਿਆਨ ਆਏ ਜਿਸ ਵਿੱਚ ਮੈਂ ਕਿਹਾ ਕਿ ਸਿੱਖਾਂ ਨੂੰ ਆਪਣੇ ਅੰਦਰ ਤੇ ਆਪਣੇ ਪੀੜੇ ਇੱਠਾਂ ਸੋਟਾ ਫੇਰ ਲਾਣਾ ਚਾਹੀਦਾ ਆਪਣੇ ਗ੍ਰਹਿਵਾਨਿਸ਼ ਦੇਖ ਲਾਣਾ ਚਾਹੀਦਾ ਜਿਹੜੇ ਸਿੱਖ ਕੌਮ ਦੇ ਅੱਗੂ ਬਣੇ ਹੋਏ ਨੇ ਵਕੀਲ ਬਣੇ ਹੋਏ ਨੇ ਜਿਹੜੇ ਝੰਡਾ ਬਰਦਾਰ ਬਣੇ ਹੋਏ ਨੇ ਉਹ ਸਾਰੇ ਸਰਕਾਰਾਂ ਨਾਲ ਕੱਟਰਪੰਥੀ ਇਨਦਿੱਤਵਾਤਾਕਤਾ ਨਾਲ ਅਤੇ ਸਿੱਖ ਵਿਰੋਧੀ ਤਾਕਤਾਂ ਨਾਲ ਰਲੇ ਹੋਏ ਨੇ ਤੇ ਸਿੱਖ ਕੌਮ ਨੂੰ ਬਰਬਾਦ ਕਰਨ ਦਾ ਉਹਨਾਂ ਨੇ ਠੇਕਾ ਲਿਆ ਹੋਇਆ ਅੱਜ ਐਨੇ ਸਾਲ ਨਿਕਲ ਜਾਣ ਤੋਂ ਬਾਅਦ 90 ਅਗਸਤ 90 'ਚ ਆ ਗੱਲਾਂ ਕਈਆਂ ਮੈਂ ਜੁਲਾਈ 'ਚ ਵੀ ਕਈਆਂ ਅਗਸਤ 90 'ਚ ਵੀ ਕਈਆਂ ਫਿਰ ਮੈਂ ਪਾਰਲਮੈਂਟ ਦੇ ਅੰਦਰ ਵੀ ਕਈਆਂ ਪਾਰਲਮੈਂਟ ਦੇ ਫਲੋਰ ਦੇ ਬਾਹਰ ਵੀ ਕਈਆਂ ਉਹ ਸਾਰੀਆਂ ਗੱਲਾਂ 90 ਤੋਂ ਅੱਜ 2023 ਆ ਗਿਆ ਜੀ 30 ਸਾਲ ਤੱਕ ਸੇ ਗੱਲ ਨੂੰ ਹੋਵੇ ਪਰ ਸਿਖਾ ਨੂੰ ਸਮਝ ਨਹੀਂ ਆਈ ਸਿਖਾ ਸਿਖਾ ਨੂੰ ਆਡੈਂਟੀਫਾਈ ਕਰਕੇ ਵੀ ਦੇ ਦਿੱਤਾ ਨਾਮਜ਼ਦ ਕਰਕੇ ਵੀ ਦੇ ਦਿੱਤਾ ਮੈਂ ਆਪਣੇ ਉੱਤੇ ਐਨੇ ਰਿਸਕ ਲੈ ਕੇ ਮੈਂ ਸਾਰਿਆਂ ਦੇ ਨਾਮ ਹੀ ਦਿੱਤੇ ਉਹ ਕੰਦੇਰੇ ਜੀ ਗੋਲ ਗੱਲ ਸਮਝ ਨਹੀਂ ਆਂਦੀ ਮੈਂ ਕਹਾ ਜੀ ਮੈਂ ਤਾਂ ਗੋਲ ਗੱਲ ਕਰਦਾ ਹੀ ਨਹੀਂ ਮੈਂ ਤਾਂ ਸਿੱਧੀ ਗੱਲ ਕਰਦਾ ਫਿਰ ਮੇਰੇ ਤੇ ਠੱਪਾ ਲਾਇਆ ਇਹਨਾਂ ਨੇ ਕਿ ਹੈ ਗੱਦਾਰ ਹੈ ਜੀ ਕਿਉਂਕਿ ਉਹਨਾਂ ਸਾਰਿਆਂ ਨੇ ਲਾਇਆ ਉਹ ਸਾਰੇ ਇੱਕ ਇੱਕੋ ਘਰ ਦੇ ਸੀ ਤੇ ਇੱਕੋ ਘਰ ਵਾਲੇ ਸਾਰੇ ਇਕੱਠੇ ਹੋ ਗਏ ਅੱਜ ਵੀ ਸਿੱਖ ਕੌਮ ਅੱਗੇ ਮੈਂ ਇਹੀ ਸਵਾਲ ਕਰਦਾ ਕਿ ਜੇ ਤੁਸੀਂ ਉਦੋਂ ਫੈਸਲਾ ਕਰ ਲਿਆ ਹੁੰਦਾ ਤੇ ਅੱਜ ਸਿੱਖ ਕੌਮ ਦੇ ਸਾਰੇ ਮਾਮਲੇ ਨਜਿੱਠੇ ਜਾ ਚੁੱਕੇ ਸੀ ਹੁਣ ਜੇ ਤੁਸੀਂ ਹੁਣ ਵੀ ਫੈਸਲਾ ਨਹੀਂ ਕਰੋਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਤੁਸੀਂ ਬਰਬਾਦ ਕਰਕੇ ਜਾਓਗੇ ਤੇ ਆਪਣਾ ਭਵਿਕ ਵੀ ਬਰਬਾਦ ਕਰੋਗੇ ਮੈਂ ਤਾਂ ਬਹੁਤ ਸਪਸ਼ਟ ਦੱਸ ਰਿਹਾ ਹਾਂ ਅਦਾਲਤਾਂ ਉਮ ਤੌਰ ਤੇ ਇਹਦਾ ਨੋਟਿਸ ਲੈ ਲੈਂਦੀਆਂ ਵੱਡੀਆਂ ਵੱਡੀਆਂ ਘਟਨਾਵਾਂ ਦਾ ਅਸੀਂ ਅਦਾਲਤਾਂ ਦੀ ਕਾਰਵਾਈ ਤੇ ਨਹੀਂ ਕੋਈ ਕਿੰਤੂ ਪਰੰਤੂ ਕਰਦੇ ਉਹ ਸਰਵੋੱਚ ਨੇ ਪਰ ਕੀ ਅਦਾਲਤਾਂ ਕਿਉਂ ਨਹੀਂ ਇਹੋ ਜੇ ਸੰਗੀਨ ਇਹੋ ਜੇ ਗੰਭੀਰ ਮਾਮਲਿਆਂ ਦਾ ਆਪਣੇ ਤੌਰ ਤੇ ਨੋਟਿਸ ਲੈਂਦੀਆਂ ਕਿ ਇਹ ਸਾਹਮਣੇ ਸਭ ਕੁਝ ਪ੍ਰੂਫ ਨੇ ਜਾਂ ਸਾਹਮਣੇ ਇਹ ਪਤਾ ਲੱਗ ਰਿਹਾ ਕਿ ਇਹ ਇੰਨੇ ਕਤਲ ਹੋਏ ਨੇ ਫਿਰ ਵੀ ਇਹ ਬਰੀ ਹੋ ਜਾਂਦੇ ਨੇ ਦੋਸ਼ੀ ਆਤਾ ਅਸੀਂ ਸਿੱਖ ਬਤੌਰ ਸਿੱਖਾਂ ਜਿ ਕਰ ਰਹੇ ਆ ਨਾ ਜੀ ਕਿਉਂਕਿ ਅਸੀਂ ਪਿੰਡੇ ਤੇ ਆ ਕੇ ਦੇਖਿਆ ਸਾਡੇ ਟੱਬਰਾਂ ਵਿੱਚ ਹੋਇਆ ਅਸੀਂ ਗਵਾ ਹ ਪਰ ਸਾਡੀ ਗਵਾਹੀ ਨੂੰ ਉਹਨਾਂ ਨੇ ਗਵਾਹੀ ਨਹੀਂ ਮੰਨਿਆ ਉਹ ਪੁਲਿਸ ਦੀਆਂ ਫਾਈਲਾਂ ਨੂੰ ਗਵਾ ਮੰਨਦੇ ਨੇ ਕੇਸ ਨੂੰ ਗਵਾ ਮੰਨਦੇ ਨੇ ਪੁਲਿਸ ਦੀਆਂ ਫਾਈਲਾਂ ਤੇ ਕੇਸਾਂ ਵਿੱਚ ਇਹਨਾਂ ਨੂੰ ਬਿਲਕੁਲ ਹੀ ਬਦਲ ਦਿੱਤਾ ਗਿਆ ਗਵਾਹੀਆਂ ਨੂੰ ਬਦਲ ਦਿੱਤਾ ਗਿਆ ਬਹੁਤ ਸਾਰੇ ਜਾਂ ਸਿੱਖ ਗਵਾਹੀਆਂ ਵੀ ਖਰੀਦੀਆਂ ਗਈਆਂ ਨੇ ਬੜੇ ਤਰਸ ਦੀ ਨਾਲ ਕਹਿਣਾ ਪੈਂਦਾ ਤਕਲੀਫ ਹੁੰਦੀ ਆ ਕਹਿੰਦੇ ਕੋਈ ਬੜਿਆਂ ਨੂੰ ਇਹਨਾਂ ਨੇ ਵਿਦੇਸ਼ਾਂ ਵਿੱਚ ਵੀ ਭੇਜਿਆ ਸੈਟਲ ਵੀ ਕੀਤਾ ਗੁਆਈਆਂ ਲੱਖਾਂ ਦੀ ਕੀਮਤਾਂ ਤੇ ਵਿਕੀਆਂ ਵੀ ਨੇ ਤੇ ਜਿਸ ਨਸਲ ਕਾ ਹਾਤ ਦੇ ਪ੍ਰਤੀ ਇਤਨਾ ਕੁਛ ਹੋ ਗਿਆ ਉਥੇ ਤੁਸੀਂ ਹੁਣ ਵੀ ਪਾਣੀ ਦੀ ਝਾਗ ਵਿੱਚੋਂ ਬੁਲਬੁਲਿਆਂ ਵਿੱਚੋਂ ਇਨਸਾਫ਼ ਪਾਲਦੇ ਹੋ ਤੁਹਾਨੂੰ ਆਪਣਾ ਇੱਕ ਸਿਸਟਮ ਘੜਨਾ ਪੈਣਾ ਹੈ ਆਪਣਾ ਇੱਕ ਨਿਆ ਤੰਤਰ ਬਣਾਉਣ ਵਾਸਤੇ ਆਪਣੀ ਰਾਸਤਾ ਲਿਆਣੀ ਪੈਣੀ ਹੈ ਆਪਣੀ ਰਾਸਤਾ ਲਿਆਉਣ ਵਾਸਤੇ ਸਿੱਖਾਂ ਕੋਲ ਦੋ ਹੀ ਮਾਰਗ ਨੇ ਜਾਂ ਤਾਂ ਪੂਰੇ ਬਾਗੀ ਹੋ ਜਾਓ ਪੂਰੇ ਬਾਗੀ ਆ ਹੋ ਨਹੀਂ ਜੇ ਸਕਦੇ 84 ਚ ਵੀ ਦੇਖ ਲਿਆ ਸੀ ਆਪਣੇ ਪਿੰਡੇ ਤੇ ਸਾਰੇ ਸੰਤਾ ਫੰਡ ਆ ਕੇ ਵੀ ਦੇਖ ਲਿਆ ਇਹ ਵਿਚ ਵਿਚਾਲੇ ਚੱਲਦੇ ਨੇ ਤੇ ਵਿਚ ਵਿਚਾਲੇ ਆਲਾ ਕੋਈ ਰੋਲ ਨਹੀਂ ਚੇ ਰਗਾ ਕਦਵੀ ਦੁਨੀਆਈ ਚ ਵਿਚ ਵਿਚਾਲੇ ਵਿੱਚ ਰਹਿ ਕੇ ਕਿ ਉਸ ਮੁਠੀ ਚ ਮੇਰੇ ਲੱਡੂ ਰਾਂ ਉਸ ਮੁਠੀ ਚ ਵੀ ਲੱਡੂ ਰਾਂ ਤੇ ਮੈਂ ਘਰ ਦੇ ਏਸੀ ਚ ਬੈਠ ਕੇ ਸਾਰਾ ਕੁਝ ਆਸਲ ਵੀ ਕਰ ਲਾਂ ਤੇ ਕੋਈ ਆ ਕੇ ਮੇਰੇ ਮੂੰਹ ਚ ਪਾ ਜਾਏ ਜਾਂ ਕਿਸੇ ਵੀ ਕੌਮ ਦਾ ਭਵਿਕ ਨਹੀਂ ਜਬੰਦਾ ਫਿਰ ਦੂਸਰਾ ਰਹਾ ਸਿੱਖਾਂ ਕੋਲ ਹੈਗਾ ਕਿ ਉਹ ਭਾਰਤ ਦੇ ਸੰਵਿਧਾਨ ਦੇ ਅੰਦਰ ਰਹਿ ਕੇ ਪੰਜਾਬ ਸੂਬੇ ਵਿੱਚ ਆਪਣੀ ਨਾਨਕਸ਼ਾਹੀ ਪ੍ਰਣਾਲੀ ਦੀ ਵਿਵਸਥਾ ਰਾਜਨੀਤਿਕ ਪ੍ਰਬੰਧ ਬਿਊਰੋਕ੍ਰੇਸੀ ਤੇ ਰਾਜ ਦਾ ਨਵਾਂ ਰੋਡ ਮਾਡਲ ਦੇਣ ਵਾਸਤੇ ਸੰਘਰਸ਼ ਕਰਨ ਤੇ ਲੋਕਤੰਤਰੀ ਸੰਘਰਸ਼ ਕਰਨ ਜਿਸ ਵੇਲੇ ਮੈਂ ਮਾਰਕ ਦੱਸਿਆ ਸਿੱਖਾਂ ਨੂੰ ਆਰ ਚੀਜ਼ ਨੂੰ ਸਮਝ ਕੇ ਉਹਦੋਂ ਕਹ ਲੈਂਦੇ ਨੇ ਜੀ ਆ ਤਾਂ ਇੱਥੇ ਭਾਰਤੀ ਚ ਹੀ ਰਹਿਣ ਦੀ ਗੱਲ ਕਰਦਾ ਤੇ ਤੁਸੀਂ ਕੀ 36 ਸਾਲਾਂ ਵਿੱਚ ਭਾਰਤ ਤੋੜ ਕਰ ਲਿਆ ਆਪਣੇ ਆਪ ਨੂੰ ਬਰਬਾਦ ਹੀ ਕਰਾਇਆ ਨਾ ਜੀ ਕੌਮ ਨੂੰ ਤੇ ਜਿਸ ਵੇਲੇ ਤੁਸੀਂ ਸੰਪੂਰਨ ਤੌਰ ਤੇ ਬਾਗੀ ਨਹੀਂ ਹੋ ਸਕੇ ਜਿਹੜੇ ਸੰਪੂਰਨ ਤੌਰ ਤੇ ਆਪਣੇ ਆਪ ਨੂੰ ਬਾਗੀ ਦੱਸਦੇ ਨੇ ਉਹ ਵੀ ਐਸੇ ਸਿਸਟਮ ਦੇ ਗੁਲਾਮ ਦਿਖਦੇ ਨੇ ਪਰ ਐਸੇ ਸਿਸਟਮ ਹੀ ਚੜ੍ਹੇ ਹੋਰਿਆਂ ਲਾਣ ਵਾਲੇ ਸਾਬਤ ਹੋ ਗਏ ਨੇ ਚਾਹੇ ਉਹ ਜਗਜੀਤ ਸਿੰਘ ਚੌਹਾਂਸੀ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਸੀ ਚਾਹੇ ਦਮਨਮੀ ਟਕਸਾਲ ਸੀ ਚਾਹੇ ਉਹ ਫੈਡਰੇਸ਼ਨ ਵਾਲੇ ਗੁਰਜੀਤ ਸਿੰਘ ਤੇ ਦਮਨਮੀ ਟਕਸਾਲ ਜਾਂ ਤੁਸੀਂ ਕਹ ਲਓ ਪੰਥ ਕਮੇਟੀਆਂ ਵਾਲੇ ਸੀ ਤੇ ਐਸ ਢੰਗ ਨਾਲ ਕੌਮ ਦੇ ਸੰਘਰਸ਼ ਨੂੰ ਤਾ ਹੀ ਨਹੀਂ ਮਾਰੀ ਗਈ ਕੌਮ ਦੇ ਨਿਸ਼ਾਨੇ ਨੂੰ ਵੀ ਪਰ ਕੌਮ ਦੇ ਨਿਸ਼ਾਨੇ ਦਾ ਵੀ ਨਸਲ ਕਾਤ ਕਰਵਾਇਆ ਗਿਆ ਮੈਂ ਸਿੱਖਾਂ ਨੂੰ ਫੇਰ ਕਹਾਂਗਾ ਕਿ ਆਪਣਾ ਇੱਕ ਇਕੱਠ ਸਦੋ ਸਰਬਤ ਖਾਲਸਾ ਦੀ ਲੋੜ ਨਹੀਂ ਹੈਗੀ ਆਪਣਾ ਹੀ ਇੱਕ ਇਕੱਠ ਸਦੋ ਹੀ ਇਕੱਠ ਸਾਦ ਕੇ ਆਪਣਾ ਹੀ ਰਾਹ ਤਾਂ ਨਿਯਤ ਕਰ ਲੋ ਇੱਕ ਨਿਸ਼ਾਨਾ ਨਿਯਤ ਕਰ ਲੋ ਰਾਹ ਨਿਯਤ ਕਰ ਲੋ ਮੈਂ ਸਮਝਦਾ ਜਿਸ ਵੇਲੇ ਦੁਨੀਆ ਰੀਸਟ ਹੁੰਦੇ ਕਿਨਾਰੇ ਤੇ ਪਈ ਹੈ ਉਸ ਵੇਲੇ ਸਿੱਖਾਂ ਸਾਹਮਣੇ ਸਭ ਤੋਂ ਵਧੀਆ ਅਤੇ ਨਿਆਕੁਨ ਫੈਸਲਾ ਕੋ ਨਰਾਹੀ ਹੈ ਕਿ ਤੁਸੀਂ ਨਾਨਕਸ਼ਾਈ ਪ੍ਰਣਾਲੀ ਲਈ ਹੰਬਲਾ ਮਾਰੋ ਤੇ ਪੰਜਾਬ ਵਿਧਾਨ ਸਭਾ ਵਿੱਚ ਨਾਨਕਸ਼ਾਈ ਪ੍ਰਣਾਲੀ ਦੀ ਰਾਸ ਸਤਾਪਤ ਕਰਕੇ ਆਪਣਾ ਇੱਕ ਰੋਲ ਮਾਡਲ ਚਲਾ ਕੇ ਦਿਖਾਓ ਉਸ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਉਸ ਵਿੱਚ ਤੁਹਾਨੂੰ ਅਨੰਦਪੁਰ ਸਾਹਿਬ ਦਾ ਮਤਾ ਵੀ ਮਿਲ ਜਾਂਦਾ ਆ ਮੈਂ ਦਾਵਾ ਕਰ ਰਿਹਾ ਤੁਹਾਨੂੰ ਪਰ ਸਿੱਖ ਨਹੀਂ ਸਮਝਦੇ ਹੁਣ ਜੇ ਨਹੀਂ ਸਮਝਦਾ ਕੋਈ ਕੌਮ ਪਰ ਉਸ ਦੇ ਨੜੀ 9% ਲੀਡਰ ਤੇ 99.9% ਪੜ੍ਹੇ ਲਿਖੇ ਲੋਕ ਤੇ 99.99% ਅਮੀਰ ਲੋਕ ਜਦ ਇਹ ਸੋਚ ਦੇ ਬਣ ਜਾਣ ਕਿ ਜੀ ਅਸੀਂ ਤਾਂ ਘਸਿਆਰੇ ਹੀ ਬਣੇ ਰਹਿਣਾ ਤੇ ਸਿੱਖਾਂ ਨੂੰ ਗੁਮਰਾਹੀ ਕਰਨਾ ਤੇ ਫਿਰ ਉਹ ਕੌਮ ਦਾ ਕਦੇ ਵੀ ਕਿਸੇ ਪਕਤਨ ਤੇ ਬੇੜੀ ਨਹੀਂ ਲੱਗਦੀ ਠੀਕ ਇਸੇ ਕਾਰਨ ਤੇ ਸਸ ਤੁਹਾਡੇ ਵਿਚਾਰਾਂ ਦੇ ਵਿੱਚ ਨੋ ਡਾਊਟ ਬੜੇ ਪਾਇਦਾਰ ਤੱਥ ਨੇ ਪਰ ਜਦੋਂ ਇਹਨੂੰ ਪ੍ਰੈਕਟੀਕਲੀ ਲੈ ਕੇ ਜਾਂਦੇ ਨੇ 99% ਕਿਰਤੀ ਸਿੱਖਾਂ ਨੂੰ 1% ਮਲਕ ਭਾਗੋ ਦੇ ਵਾਰਸ ਹਾਈਜੈਕਰ ਕਰਕੇ ਲੈ ਜਾਂਦੇ ਨੇ ਉਥੇ ਆਪਣਾ ਭਾਈ ਲਾਲੋ ਦੇ ਵਾਰਸ ਕੀ ਕਰ ਲੈਣਗੇ ਜਦੋਂ ਮਲਕ ਭਾਗੋ ਦੇ ਵਾਰਸ ਜਿਹੜੇ ਤੁਸੀਂ ਵੇਖ ਲਓ ਉਹਨਾਂ ਦੀ ਗਿਣਤੀ ਕਰ ਲਓ 100-150 ਜ਼ਗੀਰਦਾਰਾਂ ਤੋਂ ਵੱਧ ਨਹੀਂ ਹੈਗੇ ਉਹ ਫਰੂ ਸਾਰੇ ਹਾਈਜੈਕ ਕਰ ਲੈਂਦੇ ਨੇ ਇਸ ਸੰਦਰਭ ਦੇ ਵਿੱਚ ਕੀ ਉਹ ਸਾਰੇ ਮੈਂ ਤਾਂ ਉਹ ਹੀ ਚੀਜ਼ ਦਾ ਕਹਾਂ ਡੈਮੋਕਰੈਟਿਕ ਪ੍ਰੋਸੀਜਰ ਤੁਸੀਂ ਆਪ ਕਹ ਰਹੇ ਹੋ ਕਿ 99 ਨੂੰ 1% ਲਾ ਕੇ ਤੱਕੇ ਚਲਾ ਜਾਂਦਾ ਤੇ 99 ਵੋਟਾਂ ਆਪਸੇ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਉਹ 99 ਆਪਣੇ ਆਪ ਨੂੰ ਸਿੱਖ ਕਿਉਂ ਨਹੀਂ ਬਣਾਉਂਦੇ ਉਹ 99 ਆਪਣੇ ਆਪ ਨੂੰ ਗੁਰੂ ਨਾਨਕ ਨਾਲ ਕਿਉਂ ਨਹੀਂ ਜੋੜਦੇ ਜਿਹੜਾ ਵੀ ਸਿੱਖ ਗੁਰੂ ਨਾਨਕ ਦੀ ਨਾਨਕਸ਼ਾਈ ਪ੍ਰਣਾਲੀ ਦੇ ਬੱਗੀ ਹੋ ਜਾਂਦਾ ਉਹ ਤੇ ਫਿਰ ਸਿੱਖੀ ਨਹੀਂ ਹੈਗਾ ਜੀ ਉਹ ਗੁਰੂ ਨਾਨਕ ਨੂੰ ੱੱਕੇ ਮਾਰ ਰਿਹਾ ਜਿਹੜਾ ਸਿੱਖ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ੱੱਕੇ ਮਾਰ ਰਿਹਾ ਸਾਡਾ ਉਹਦੇ ਨਾਲ ਕੀ ਲੈਣਾ ਦੇਣਾ ਤੇ ਨੜੀ ਨੂੰ ਇਹ ਬੰਦੇ ਨੂ ਹਾਕੰਕਰਨ ਵਾਲੇ ਜਿਹੜੇ 100 ਬੰਦੇ ਨੇ ਜਾਂ 1% ਬੰਦੇ ਨੇ ਉਹ ਹਰਾਏ ਹੀ ਡੈਮੋਕ੍ਰੈਟਿਕ ਪ੍ਰੋਸੀਜਰ ਨਹੀਂ ਸਕਦੇ ਨੇ ਤੇ ਇਹਨਾਂ ਨੂੰ ਆਪਣਾ ਇਕੱਠ ਕਰਨਾ ਚਾਹੀਦਾ ਜਾਤ ਬਰਾਦਰੀ ਤੋਂ ਬਾਹਰ ਨਿਕਲ ਕੇ ਇਕੱਠ ਕਰਨਾ ਚਾਹੀਦਾ ਤੇ ਸਾਰੀ ਸੱਤਾ ਆਪਣੇ ਹੱਥੀ ਚਲਾਨੀ ਚਾਹੀਦੀ ਹੈ ਮੈਂ ਤਾਂ ਰੋਲਾ ਹੀ ਐਸੇ ਚੀਜ਼ ਦਾ ਪਾ ਰਿਆ ਹੋਰ ਐਸ ਤੋਂ ਸੋਖਾ ਐਸ ਤੋਂ ਆਸਾਨ ਔਰ ਐਸ ਤੋਂ ਸਿੱਧਾ ਅਮਲ ਹੋਰ ਕੋਈ ਹੈ ਹੀ ਨਹੀਂ ਜੇ ਪਿਲ ਖੈਰ ਗੱਲ ਚੱਲਦੀ ਪਈ ਸੀ ਜਗਦੀਸ਼ ਟਾਇਟਰ ਨੂੰ ਜਮਾਨਤ ਦੀ ਤਾਂ ਉਹਨਾਂ ਨੇ 11 ਅਦਾਲਤ ਨੇ 11 ਅਗਸਤ ਨੂੰ ਜਿਹੜੀ ਉਹਨਾਂ ਦੀ ਪੂਰਵ ਚਾਰਜ ਸ਼ੀਟ ਆ ਉਹਦੀ ਪੜਤਾਲ ਲਈ ਮਾਮਲਾ ਸੂਚੀਬੱਧ ਕੀਤਾ ਜੀ ਹੁਣ ਉਸ ਉੱਤੇ ਫਿਰ ਕੋਈ ਆਸ ਰੱਖੀ ਜਾ ਸਕਦੀ ਜਾਂ ਪਿਛਲਾ ਰਿਜ਼ਲਟ ਕੋਈ ਉਹਦੇ ਨਾਲ ਹੀ ਮਿਲਦਾ ਜੁਲਦਾ ਅੱਗੇ ਆਏਗਾ ਅੱਖਾਂ ਸਿਰਫ ਸਿੱਖਾਂ ਦੇ ਅਤੇ ਇੰਟਰਨੈਸ਼ਨਲ ਬਰਾਦਰੀ ਦੇ ਅੱਖਾਂ ਵਿੱਚ ਘਟਾ ਪਾਉਂਦਾ ਇੱਕ ਨਿਯੁਜਿਤ ਤੇ ਪ੍ਰਯੋਜਿਤ ਬਹੁਤ ਹੀ ਸਿਲਸਿਲੇਬੰਦ ਇੱਕ ਤੰਗ ਤਰੀਕਾ ਭਾਰਤ ਵਿੱਚ ਚਲਾਇਆ ਜਾ ਰਿਹਾ ਤਾਂ ਜੋ ਦੱਸਿਆ ਵੀ ਜਾਏ ਕਿ ਅਸੀਂ ਸਿੱਖਾਂ ਨਾਲ ਨਿਆਹ ਕਰ ਰਹੇ ਹਾਂ ਛੋਟੇ ਮੋਟੇ ਕੇਸਾਂ ਹੀ ਚ ਫਾਸਲੇ ਦੇ ਦਿੱਤੇ ਜਾਂਦੇ ਨੇ ਵੱਡੇ ਕੇਸ ਲਟਕਾ ਦਿੱਤੇ ਜਾਂਦੇ ਨੇ ਜਾਂ ਉਹਨਾਂ ਨੂੰ ಪರಿਕਾਰ ਦਿੱਤਾ ਜਾਂਦਾ ਤੇ ਇਹ ਇੱਕ ਇਕੱਠਾ ਪਾਉ ਪਰਵਰਤੀ ਦੇ ਤੇ ਅਮਲੀਕਰਨ ਦਾ ਇੱਕ ਨਤੀਜਾ ਹੈਗਾ ਜਾਂ ਇੱਕ ਵੇ ਆਊਟ ਹੈ ਮੈਂ ਇਸ ਦਿਨ ਕਿੰਦੀ ਕਰ